哎呦我的妈！有人。哎呦我的妈！哎呦我的妈！Assalamu alaikum, ਛੋਟੇ ਰਾਜ ਕੀ ਆਡੀਅੰਸ ਕਿਆ ਹਾਲ ਚਾਲ ਹੈ? ਲੈਪਟਾਪ ਫੜਿਆ ਕੀ ਐਡੀਟਿੰਗ ਕਰਨੀ ਹੈ ਤੇ? ਯਾਰ ਥੋੜਾ ਕੰਮ ਰੁਕਾ ਰਿਹਾ ਮੈਂ, ਇਹ ਨਾ ਰੱਖਣਾ ਜ਼ਰੂਰੀ ਹੈ, ਬੜਾ ਚੈਲੰਜ ਹੈ। ਆਜ ਹਮਨੇ ਨਾ ਗੋਲ ਕੱਪੇ ਕੇ ਅੰਦਰ ਨਾ ਵੋ ਹੋਤੀ ਹੈ ਨਾ ਮਿਰਚੇ ਡਾਲ ਕੇ ਖਾਣੇ ਆ। ਤੇ ਅਸੀਂ ਚਾ ਰਹੇ ਹਾਂ ਗੋਲ ਕੱਪਿਆਂ ਵਿੱਚ ਮਿਰਚਾਂ ਪਾ ਕੇ ਖਾਣ। ਜਿਹੜਾ ਇੱਕ ਦਰਜਨ ਤੱਕ ਐਂਡ ਤੱਕ ਖਾ ਗਿਆ ਉਹਨੂੰ ਸ਼ੂਟਰ ਐਚ ਕੇ ਦੀ ਤਰਫੋਂ ਸ਼ੂਟਿੰਗ ਕੀ ਜਾਏਗੀ, ਗਿਫਟਿੰਗ ਤੋਂ ਮਰਾਦ ਕਰਕੇ ਨਾ ਗਿਫਟ ਕੀਤਾ ਜਾਏਗਾ। 5,000 ਰੁਪਇਆ ਉਹਨੂੰ ਇਨਾਮ ਦਿੱਤਾ ਜਾਏਗਾ। ਇੱਕ ਦਰਜਨ ਗੋਲ ਕੱਪਾ ਮਿਰਚਾਂ ਦੇ ਨਾਲ ਇੱਕ ਮਿੰਟ ਸ਼ੂਟਰ ਲੋਕੋ ਕੋ ਫਾਈਨਲੀ ਗੋਲ ਕੱਪੇ ਮਿਲ ਗਏ। ਦੱਸਦਾ ਸੀਨ ਇੱਦਾਂ ਵਾ ਚਾਚਾ ਜੀ, ਜਿਹੜਾ ਅਸੀਂ ਗੋਲ ਕੱਪੇ ਖਾਣੇ ਆ। ਅਸੀਂ ਗੋਲ ਕੱਪੇ ਇੱਕ ਕਿੰਨੇ ਕਿੰਨੇ ਖਾਣੇ? ਤੂੰ ਵੀ ਖਾਣੇ ਚਿੱਟੇ? ਹਾਂ ਖਾਵਾਂਗਾ। ਇੱਕ ਦੋ ਤਿੰਨ ਤੂੰ ਨੇ ਖਾਣੇ ਆ? ਉਹਨਾਂ ਨੇ ਖਾਣੇ ਤਿੰਨ ਦਰਜਨ ਵੀ ਖਾਣੇ। ਹੈਲੋ ਸੀਨ ਇੱਦਾਂ ਵਾ ਕਿ 6 ਗੋਲ ਕੱਪੇ ਕਰਦੇ। ਅੱਛਾ ਹਏ ਰਾਣਾ ਜੀ ਮਿਰਚਾਂ ਚੈੱਕ ਕਰਾਓ ਤੂੰ। ਚਾਚਾ ਜੀ ਚਾਚਾ ਜੀ ਉਧਰ ਕਰਾਣਾ, ਚਾਚੇ ਨੇ ਪਹਿਲਾਂ ਹੀ ਫੱਕਾ ਫੜ ਲਿਆ ਜੀ। ਦਾਦਨ ਮਿਰਚ ਹੋਏਗੀ। ਆਹ ਕੀ ਸੀਨ ਹੈ ਹੋਏ, ਬਹੁਤ ਤੇਜ਼ ਹੁੰਦੀ ਚੈਰੀ ਲੱਗਣੇ ਪਾਈ ਜਿੰਨੀ ਤੇਜ਼ ਮਿਰਚਾ 12-12 ਧਰ ਕੋ ਚਾਚੇ ਕਹਿੰਦੇ ਨਹੀਂ ਖਾਧੇ ਜਾਣੇ। ਤੁਸੀਂ ਕਰ ਲਓ ਜੀ 6-6 ਦਰਜਨ, ਅੱਧੀ ਅੱਧੀ ਦਰਜਨ ਕਰਨ ਲੱਗੇ ਆ ਗੋਲ ਗੱਪੇ। ਹੋਲੀ ਮਿਰਚਾਂ ਚਾਚ ਨੇ ਮਿਰਚਾਂ ਪਾ ਦੀਆਂ ਸੁਨੈਣ ਸਾਹਿਬ, ਅੱਜ ਤੁਹਾਡੀ ਆਖਰੀ ਮੌਤ ਆ। ਨਹੀਂ ਮੌਤ, ਅੱਲਾ ਮਾਫ ਕਰੇ ਮਸਲਣ ਕੇ। ਓਏ ਓਏ ਰਾਣੇ ਕੁਛ ਕਹਿਣਾ ਚਾਹੋਗੇ? ਰਾਣੇ ਦਾ ਤਾਂ ਪਹਿਲੇ ਹੀ ਲਾਲ ਹੋ ਗਿਆ, ਕਾਲੇ ਤੋਂ ਲਾਲ ਹੋ ਗਿਆ ਰਾਣਾ। ਇਨਸ਼ਾਅੱਲਾ ਇਨਸ਼ਾਅੱਲਾ ਮੈਂ ਤਾਂ ਜਿਹੜਾ ਜਾਣਾ ਜਾਣਾ ਨਾਲ ਖਾਣ ਵੀ ਕੋਈ ਨਹੀਂ। ਚਾਚਾ ਉਤੋਂ ਮਿਰਚਾਂ ਦੇ ਉਤੋਂ ਹੋਰ ਤਿੱਖੀ ਪਾ ਦਿੱਤੀ। ਸਟਾਰਟ ਹੋ ਗਿਆ, ਚਲੋ ਜੀ 1 ਮਿੰਟ ਦੇ ਅੰਦਰ ਆਇਓ ਜੀ ਮਾ ਆਇਓ ਜੀ ਮਾ ਚਾਚਾ ਹੋਰ ਖੱਟਾ ਲਿਆ ਤੀ।
ਪਾਣੀ ਚੈੱਕ ਕਰ। ਹਾਂ ਦਾ ਵੀ ਬੁਰਾ ਹਾਲ ਹੋ ਗਿਆ। ਚਾਚਾ ਖੱਟਾ ਵੀ ਦਾਦਾ, ਚਾਚਾ ਖੱਟਾ ਵੀ ਤਿੱਖਾ, ਖੱਟਾ ਤੇ ਥੋੜ੍ਹਾ ਮਿੱਠਾ ਰੱਖ ਦਿੰਦਾ ਚਾਚਾ। ਖੱਟੇ 'ਚ ਵੀ ਮਿਰਚਾਂ ਪੈ ਰਹੀ ਭਾਜੀ। ਖਾਨ ਸਾਹਿਬ ਤੇ ਚੈੱਕ ਕਰੋ ਜਿਹੜਾ ਆਇਓ ਜਮਾ। ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੁਛ ਨਹੀਂ ਹੋਇਆ ਇਹਨੂੰ। ਖਾਨ ਸਾਹਿਬ ਦੀ ਤਾਂ ਕੋਈ ਵੀ ਜੇ ਤਿਹਾ, ਕਿਉਂਕਿ ਸਾਰਿਆਂ ਦੇ ਇੱਕ ਹੀ ਟਾਈਮ ਦੇ ਵਿੱਚ ਖਤਮ ਹੋਏ ਆ। ਬਾਕੀ ਮਜ਼ਾ ਆਇਆ ਯਾਰ, ਬਹੁਤ ਤਿੱਖੇ ਲੈਵਲ। ਖਾਨ ਸਾਹਿਬ ਦੀ ਹੋ ਗਈ ਬਸ ਮੇਰੀ ਯਾਰ ਅੱਛੀ। ਕਹਿੰਦੇ ਮੈਂ ਮਿਰਚਾਂ ਗੋਲ ਗੱਪੇ ਖਾਣ ਦਾ, ਹਜੇ ਤੱਕ ਮੂੰਹ ਨੀ ਸਿੱਧਾ ਹੋ ਰਿਹਾ ਇਹਦਾ। ਇਹਦੀਆਂ ਅੱਖਾਂ ਚੋਂ ਪਾਣੀ ਨਿਕਲ ਆਇਆ ਸੀ, ਹੈਵੀ ਵਾਲਾ ਪਾਣੀ। ਉਲਟੀ ਨਾ ਕਰਦੀ ਕਿਤੇ, ਤੂੰ ਕਾਲਾ ਹੋ ਗਿਆ ਮਿਰਚਾਂ ਖਾ ਖਾ ਕੇ ਬਾਈ। ਇੱਕ ਨਿਕਾਲ ਦੇ, ਅੱਛਾ ਚਮਚ ਵੀ ਆਉਣੀ, ਇਸ ਕਹਿੰਦਾ ਚਮਚ ਡਾਲ ਦੋ ਯਾਰ। ਪੁਰਾਣੇ ਤੈਨੂੰ ਸ਼ਰਾਰਤਾਂ ਹੀ ਸੁੱਜੀਆਂ ਰਹਿੰਦੀਆਂ ਨਿਆਣਾ, ਤੂੰ ਸਾਡੇ ਸਾਰਿਆਂ ਚ ਵੱਡਾ ਤੂੰ। ਮੈਂ ਯਾਰ ਫਿਰ ਯਹੀ ਪਹਿਲਾਂ ਬਲੋਗ ਸ਼ਲੋਕ ਐਂਡ ਸ਼ੈਂਡ ਮਾਰਤੇ ਹੈ, ਕਿਉਂਕਿ ਬਰੌਨੀ ਸ਼ਰੌਨੀ ਖਾ ਲਈ ਹਮਨੇ। ਔਰ ਦੂਸਰਾ ਬਾਤ ਇਹ ਹੈ ਕਿ ਗੋਲ ਗੱਪਾ ਚੈਲੇਂਜ ਮਾਰਾ ਅੱਛਾ ਹੋਗਾ, ਇਹਨਾਂ ਦੇ ਤਾਂ ਆਪਸ 'ਚ ਰੋਲੇ ਹੀ ਬੜੇ ਰਲੇ ਹੋਏ ਆ। ਖੈਰ ਯਹੀ ਪੇ ਬਲੋਗ ਐਂਡ ਕਰਦੇ ਹਾਂ, ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰ।